ਸਪੋਕਸਮੈਨ ਟੀਵੀ ਵੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਮੈਂ ਹਜਕਦੀਪ ਸਿੰਘ ਥਲੀ। ਦੋਸਤੋ ਇੱਕ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਭਗਵੰਤ ਮਾਨ ਵੱਲੋਂ ਇੱਕ ਵੱਡਾ ਐਲਾਨ ਕੀਤਾ ਜਾਣਾ ਹੈਗਾ। ਇਹ ਉਹ ਐਲਾਨ ਹੈ ਕਿ ਉਹ ਪਾਰਟੀ ਅਤੇ ਆਪਣੇ ਅਹੁਦੇ ਤੋਂ ਅਸਥੀਪਾ ਦੇ ਸਕਦੇ ਨੇ। ਕੁਝ ਹੀ ਦਿਨਾਂ ਦੇ ਵਿੱਚ ਇਹ ਅਸਥੀਪੇ ਵਾਲੀ ਜਿਹੜੀ ਗੱਲ ਹੈਗੀ ਉਹ ਸਾਹਮਣੇ ਆ ਰਹੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਸਪੋਕਸਮੈਨ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਜਿਹੜੇ ਸੂਤਰ ਹੈਗੇ ਆ ਉਹਨਾਂ ਦੇ ਹਵਾਲੇ ਦੀ ਇਹ ਖਬਰ ਹੈਗੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ। ਕਿ ਭਗਵੰਤ ਮਾਨ ਜਲਦ ਹੀ ਵੱਡਾ ਬਿਆਨ ਕਰ ਸਕਦੇ ਨੇ ਜਿਸ ਦੇ ਆਧਾਰ ਤੇ ਜਿਹੜੇ ਹੈਗੇ ਆ ਉਹ ਆਪਣੇ ਅਹੁਦਿਆਂ ਤੋਂ ਅਤੇ ਆਮ ਆਦਮੀ ਪਾਰਟੀ ਤੋਂ ਅਥੀਪਾ ਦੇ ਸਕਦੇ ਨੇ ਕਿੰਨੀ ਕਿ ਸਚਾਈ ਹੈਗੇ ਕੁਝ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਿਉਂਕਿ ਫਿਲਹਾਲ ਭਗਵੰਤ ਮਾਨ ਦੇ ਵੱਲੋਂ ਵੀ ਕੋਈ ਅਜਿਹਾ ਬਿਆਨ ਖੁਦ ਨਹੀਂ ਕੀਤਾ ਗਿਆ ਸੂਤਰਾਂ ਦੇ ਹਵਾਲੇ ਦੀ ਖਬਰ ਹੈ ਰਮਨ ਜੀ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਜੀ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਦੀ ਖਬਰ ਤੱਕ ਕਿੱਥੋਂ ਪਤਾ ਲੱਗਿਆ ਦੇਖੋ ਜੀ ਪਿਛਲੇ ਦਿਨੀ ਜਦੋਂ ਦਿੱਲੀ ਇਲੈਕਸ਼ਨ ਦੇ ਰਿਜ਼ਲਟ ਆਏ ਤਾਂ ਉਹ ਬਹੁਤ ਪੰਜਾਬ ਤੋਂ ਹੀ ਮਾੜੇ ਰਿਜ਼ਲਟ ਸੀ ਪੰਜਾਬ ਵਿੱਚ ਉਹ ਪਹਿਲੀ ਵਾਰ ਪਾਰਟੀ ਨੇ ਚੋਣ ਲੜੀ ਸੀ 20 ਸੀਟਾਂ ਉਹ ਜਿੱਤਣ ਵਿੱਚ ਕਾਮਯਾਬੀ ਰਹੀ ਜੀ ਭਗਵੰਤ ਮਾਨ ਵੱਲੋਂ ਲਗਾਤਾਰ 500 ਦੇ ਕਰੀਬ 6 ਮਹੀਨਿਆਂ ਵਿੱਚ ਰੈਲੀਆਂ ਕੀਤੀਆਂ ਗਈਆਂ ਇਲੈਕਸ਼ਨਲ ਦਿਨਾਂ ਵਿੱਚ 263 ਰੈਲੀਆਂ ਕੀਤੀਆਂ ਗਈਆਂ ਛੋਟੀਆਂ ਵੱਡੀਆਂ ਅੰਦੂਕਰ ਮੀਟਿੰਗਾਂ ਸਮੇਤ ਸੀ ਭਗਵੰਤ ਮਾਨ ਤੇ ਪੂਰੀ ਜ਼ਿੰਮੇਵਾਰੀ ਸੀ ਕਿ ਉਹ ਪਾਰਟੀ ਨੂੰ ਅੱਗੇ ਲਿਜਾ ਕੇ ਪੰਜਾਬ ਵਿੱਚ ਪੰਜਾਬ ਦੀ ਧਰਤ ਤੇ ਪਹਿਲੀ ਵਾਰ ਸਿਆਸੀ ਕਬਜ਼ਾ ਕੀਤਾ ਜਾਵੇ ਭਗਵੰਤ ਮਾਨ ਨੂੰ ਆਸ ਸੀ ਕਿ ਪਾਰਟੀ ਉਹਨਾਂ ਨੂੰ ਪੰਜਾਬ ਵਿੱਚ ਐਜੇ ਸੀਐਮ ਅਨਾਉਂਸ ਕਰੂਗੀ ਪਰ ਉਹ ਉਹਨਾਂ ਦੇ ਜੋ ਆਸ ਸੀ ਉਸ ਤੇ ਬੂਰ ਨਹੀਂ ਪਿਆ ਭਗਵੰਤ ਮਾਨ ਵੱਲੋਂ ਆਪਣੀ ਹਾਈ ਕਮਾਂਡ ਨੂੰ ਲੈ ਕੇ ਗੱਲਬਾਤ ਕੀਤੀ ਗਈ ਹਾਈ ਕਮਾਂਡ ਤੇ ਗਿਲੇ ਸ਼ਿਕਵੇ ਭਗਵੰਤ ਮਾਨ ਨੇ ਉਹਨਾਂ ਨਾਲ ਕੀਤੇ ਕਿ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਨਹੀਂ ਕੀਤਾ ਪੰਜਾਬ ਵਿੱਚ ਔਰ ਜੋ ਦਿੱਲੀ ਦੀ ਲੀਡਰਸ਼ਿਪ ਸੀ ਉਹਨਾਂ ਨੇ ਪੰਜਾਬ ਵਿੱਚ ਆਪ ਦੀ ਤਰਜਮਾਨੀ ਆਪ ਦੀ ਗੱਲ ਜਿਆਦਾ ਰੱਖੀ ਸਿੱਖ ਚਿਹਰਿਆਂ ਨੂੰ ਥੋੜਾ ਜਿਆਦਾ ਦਰਕਨਾਰ ਕੀਤਾ ਗਿਆ ਜਿਸ ਤੋਂ ਬਾਅਦ ਭਗਵੰਤ ਮਾਨ ਦੀਆਂ ਦੂਰੀਆਂ ਲਗਾਤਾਰ ਵਧਦੀਆਂ ਗਈਆਂ ਔਰ ਭਗਵੰਤ ਮਾਨ ਨੂੰ ਇੱਕ ਜੇ ਸੂਤਰਾਂ ਦੀ ਗੱਲ ਕਰੀਏ ਤਾਂ ਇੱਕ ਕਾਂਗਰਸੀ ਲੀਡਰ ਜੋ ਕਿ ਹਾਈ ਕਮਾਂਡ ਦਿੱਲੀ ਦੇ ਵੀ ਬਹੁਤ ਨੇੜੇ ਆ ਉਹਨਾਂ ਨੇ ਗੱਲਬਾਤ ਲਗਾਤਾਰ ਉਹਨਾਂ ਨਾਲ ਹੋ ਰਹੀ ਆ ਔਰ ਆਉਣ ਵਾਲੇ ਦਿਨਾਂ ਕੁਝ ਕੁ ਦਿਨਾਂ ਵਿੱਚ ਭਗਵੰਤ ਮਾਨ ਪੰਜਾਬ ਦੀ ਸਿਆਸਤ ਨੂੰ ਇੱਕ ਨਵੇਂ ਮੋੜ ਵੱਲ ਲੈ ਜਾ ਸਕਦੇ ਨੇ ਪਾਰਟੀ ਜੇਕਰ ਬਾਬੂ ਆਮ ਆਦਮੀ ਪਾਰਟੀ ਦੀ ਗੱਲ ਕੀਤੇ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇਸ ਟਾਈਮ ਦੋ ਧੜਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਇੱਕ ਧੜਾ ਉਹ ਹੈ ਜੋ ਦਿੱਲੀ ਹਾਈ ਕਮਾਂਡ ਦੀ ਤਰਜਮਾਨੀ ਕਰਦਾ ਉਹ ਤਰਜਮਾਨੀ ਦੀ ਹੀ ਗੱਲ ਕਰੇਗਾ ਇੱਕ ਧੜਾ ਉਹ ਹੈ ਜੋ ਪੰਜਾਬ ਦੇ ਬੁਨਿਆਦੀ ਜੋ ਪੰਜਾਬ ਦੇ ਮੁੱਦੇ ਨੇ ਜੋ ਪੰਜਾਬ ਦੀਆਂ ਸਮੱਸਿਆਵਾਂ ਨੇ ਪੰਜਾਬ ਦੀ ਤਕਸਾਲੀ ਜੋ ਪਾਰਟੀਆਂ ਨੇ ਅਕਾਲੀ ਦਲ ਔਰ ਕਾਂਗਰਸ ਉਹਨਾਂ ਨਾਲ ਸਿੱਧੇ ਤੌਰ ਤੇ ਨਜਿੱਠਣਾ ਚਾਹੁੰਦੀ ਹੈ ਪਰ ਮੈਂ ਇੱਥੇ ਮੈਂ ਤੁਹਾਨੂੰ ਟੋਕਣਾ ਚਾਹਾਂਗਾ ਇੱਥੇ ਕਿਉਂਕਿ ਭਗਵੰਤ ਮਾਨ ਦੇ ਘਰ ਤੋਂ ਵੀ ਜਿਹੜੇ ਪੋਸਟਰ ਹੈਗੇ ਜਾਂ ਆਮ ਆਦਮੀ ਪਾਰਟੀ ਦੇ ਝੰਡੇ ਹੈਗੇ ਉਹ ਵੀ ਉਤਰਵਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਕਿੰਨੀ ਸਚਾਈ ਹੈ ਕਿਉਂਕਿ ਭਗਵੰਤ ਮਾਨ ਆਪ ਤੇ ਵਿਦੇਸ਼ ਨੇ ਸੋ ਇੱਕ ਕਿੰਨੀ ਸਚਾਈ ਲੱਗਦੀ ਹੈ ਸਗਰ ਆ ਭਗਵੰਤ ਮਾਨ ਨੇ ਜਦੋਂ ਵਿਦੇਸ਼ ਅਮਰੀਕਾ ਜਾਣਾ ਸੀ ਉਹਨਾਂ ਨੇ ਉਹਨਾਂ ਦੇ ਹਮਾਇਤੀਆਂ ਵੱਲੋਂ ਉਹਨਾਂ ਦੇ ਕੁਝ ਜੋ ਉਹਨਾਂ ਦੇ ਖਾਸ ਸੀ ਉਹਨਾਂ ਵੱਲੋਂ ਆਪਣੀ ਜੋ ਕੋਠੀ ਤੋਂ ਹੈ ਆਪਣੇ ਪੋਸਟਰ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਜੋ ਪੋਸਟਰ ਨੇ ਉਹ ਬਿਲਕੁਲ ਉਤਾਰ ਦਿੱਤੇ ਨੇ ਇਸ ਸਮੇਂ ਭਗਵੰਤ ਮਾਨ ਦੀ ਕੋਠੀ ਤੇ ਕੋਈ ਪੋਸਟਰ ਲੱਗਿਆ ਹੋਏ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਇਹ ਜੋ ਇਸ਼ਾਰੇ ਨੇ ਪਾਰਟੀ ਛੱਡਣ ਦੇ ਇਸ਼ਾਰੇ ਹੋ ਰਹੇ ਨੇ ਕਿ ਉਹ ਬਹੁਤ ਜਲਦੀ ਪੰਜਾਬ ਦੀ ਸਿਆਸਤ ਨੂੰ ਕਿਸੇ ਨਵੇਂ ਮੋੜ ਵੱਲ ਲੈ ਕੇ ਜਾਣਗੇ ਉਹਨਾਂ ਦੀ ਹਮਾਇਤ ਜੋ ਇਸ ਸਮੇਂ ਕਰ ਰਹੇ ਨੇ ਉਹ ਪਟਿਆਲਾ ਤੋਂ ਸੰਸਦ ਜੋ ਬਾਕੀ ਸੰਸਦ ਨੇ ਭਗਵੰਤ ਧਰਮਵੀਰ ਗਾਂਧੀ ਡਾਕਟਰ ਤਨਵੀਰ ਗਾਂਧੀ ਉਹ ਉਹਨਾਂ ਦੇ ਨਾਲ ਨੇ ਹੋ ਸਕਦਾ ਉਹ ਕੱਲ ਨੂੰ ਕੋਈ ਵੱਡਾ ਫੈਸਲਾ ਦੋਨੋਂ ਸੰਸਦ ਲੈ ਸਕਣ ਤੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ ਜਾਏਗਾ ਜਾਂ ਫਿਰ ਆਪਣੀ ਪਾਰਟੀ ਖੜੀ ਕਰਨ ਦੀ ਵੀ ਸੋਚ ਰਹੇ ਹੋਣਗੇ ਵਿੱਚੋ ਵਿੱਚ ਗੱਲਾਂ ਹੁੰਦੀਆਂ ਇਹ ਤਾਂ ਹੋਣਗੀਆਂ ਹਨਾ ਜੀ ਹਾਂ ਬੈਲਾ ਪਾਰਟੀ ਕਿਸ ਤੇ ਜਾਣਗੇ ਕੀ ਹੋਵੇਗਾ ਇਸ ਤੇ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਨਾ ਹੀ ਇਸ ਤੇ ਕਹਿ ਸਕਦੇ ਹਾਂ ਪਰ ਹੋ ਸਕਦਾ ਹੈ ਦੋਨੋਂ ਸੰਸਦ ਨਾਲ ਕੇ ਪੰਜਾਬ ਵਿੱਚ ਕੋਈ ਨਵੀਂ ਤੀਜਾ ਸੁਤੰਭ ਬਣਨ ਲਈ ਉਸ ਨੂੰ ਅੱਗੇ ਲਿਜਾਣ ਵਿੱਚ ਅੱਗੇ ਆਪਣੀ ਗੱਲ ਰੱਖ ਸਕਣ ਹੋ ਸਕਦਾ ਕਿਸੇ ਨੈਸ਼ਨਲ ਪਾਰਟੀ ਵੱਲ ਵੀ ਖਾਤਮ ਲਾ ਲੈਣ ਇਸ ਦੇ ਕੋਈ ਕੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਇਸ ਤੇ ਕੋਈ ਸ਼ੱਕ ਨਹੀਂ ਕੀਤਾ ਜਾਦਾ ਕੁਝ ਵੀ ਉਸਦਾ ਰਾਜਨੀਤੀ ਵਿੱਚ ਠੀਕ ਹੈ ਬਹੁਤ ਸ਼ੁਕਰੀਆ ਰਮਨ ਜੀ ਰਮਨ ਨੇ ਦੱਸਿਆ ਕਿ ਕਿਵੇਂ ਕਿਵੇਂ ਜੜੀਆਂ ਹੈਗੀਆਂ ਉਹ ਛੜੀਆਂ ਤੇ ਰਚੇ ਜਾ ਰਹੇ ਆ ਬਿਆਨਬਾਜ਼ੀਆਂ ਜੇ ਫਿਲਹਾਲ ਨਹੀਂ ਆਈਆਂ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਇੱਕ ਵਾਰ ਫਿਰ ਅਸੀਂ ਸਪੋਕਸਮੈਨ ਟੀਵੀ ਦੇ ਜ਼ਰੀਏ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਸੂਤਰਾਂ ਦੇ ਹਵਾਲੇ ਦੀ ਖਬਰ ਹੈਗੀ ਆ ਸਪੋਕਸਮੈਨ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਖਬਰ ਹੈ ਕਿ ਭਗਵੰਤ ਮਾਨ ਸੰਸਦ ਮੈਂਬਰ ਜਿਹੜੇ ਹੈਗੇ ਨੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਜਿਹੜੇ ਨੇਤਾ ਨੇ ਜਿਨ੍ਹਾਂ ਨੇ ਖੂਨ ਪਸੀਨੇ ਦੇ ਨਾਲ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਕਿਉਂਕਿ ਨੌਜਵਾਨ ਵਰਗ ਉਹਨਾਂ ਦੇ ਮਗਰ ਲੱਗਿਆ ਹੋਇਆ ਸੀਗਾ ਨੌਜਵਾਨ ਵਰਗ ਸਭ ਤੋਂ ਵੱਧ ਜਿਹੜੀਆਂ ਰੈਲੀਆਂ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਗਈਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਆਪਾਂ ਕਹਿ ਸਕਦੇ ਆ ਕਿ ਭਗਵੰਤ ਮਾਨ ਸੀਗੇ ਹੁਣ ਉਹਨਾਂ ਦੇ ਵੱਲੋਂ ਪਾਰਟੀ ਛੱਡਣ ਦੀ ਗੱਲ ਕੀਤੀ ਜਾਏ ਵਿਨੈਕ ਜੀ ਨੇ ਆਪਾਂ ਵਿਨੈਕ ਜੀ ਤੋਂ ਕੋਲ ਚਲਦੇ ਆ ਵਿਨੈਕ ਜੀ ਕੀ ਲੱਗਦਾ ਅਗਰ ਭਗਵੰਤ ਮਾਨ ਪਾਰਟੀ ਨੂੰ ਛੱਡ ਦੇ ਆ ਕੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਦੇਖੋ ਮੈਨੂੰ ਲੱਗਦਾ ਹੈ ਇਹ ਸਿਰਫ ਇੱਕ ਈਗੋ ਵਾਰ ਹੁੰਦੀ ਹੈ ਨਾ ਜੀ ਇਹ ਸ਼ਾਇਦ ਸਿਰਫ ਉਹ ਹੈ ਇਸ ਤੋਂ ਗਾਹਾਂ ਸਾਨੂੰ ਕੁਝ ਖਾਸ ਵਿੱਚ ਪੜਨ ਦੀ ਲੋੜ ਨਹੀਂ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਗੱਲਾਂ ਭਗਵੰਤਮਾਨ ਹੁਣ ਕਹਿ ਰਹੇ ਆ ਡਾਕਟਰ ਗਾਂਧੀ ਉਹ ਉਹੀ ਗੱਲਾਂ ਤਕਰੀਬਨ 2 ਸਾਲਾਂ ਤੋਂ ਕਹਿ ਰਹੇ ਆ ਬਿਲਕੁਲ ਫਿਰ ਪਾਰਟੀ ਵਿੱਚ ਬਹੁਤ ਕੁਝ ਹੋਇਆ ਪਿਛਲੇ 1.5-2 ਸਾਲਾਂ 'ਚ ਉਦੋਂ ਭਗਵੰਤਮਾਨ ਚੁੱਪ ਸੀ ਇਕ ਬਿਲਕੁਲ ਇਲੈਕਸ਼ਨਾਂ ਤੋਂ ਇੱਕ ਡੇਢ 2 ਮਹੀਨੇ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਪਾਰਟੀ ਛੱਡੀ ਬਹੁਤ ਕਾਟੋ ਕਲੇਸ਼ ਹੋਇਆ ਉਦੋਂ ਹਰੇਕ ਹਰ ਬੰਦਾ ਪਾਰਟੀ ਦੇ ਅੰਦਰਲਾ ਵੱਡਾ ਲੀਡਰ ਐਸ ਕਰਕੇ ਚੁੱਪ ਸੀ ਕਿਉਂਕਿ ਹਰੇਕ ਨੂੰ ਸੀ ਅਖੇ ਮੈਂ ਮੁੱਖ ਮੰਤਰੀ ਬਣ ਜਾਊ ਹੁਣ ਇਹ 100 ਸੀਟਾਂ 100 ਸੀਟਾਂ ਦੀ ਗੱਲ ਕਰਦੇ ਰਹੇ ਨਹੀਂ ਆਈਆਂ ਜੀ ਹੁਣ ਇਸ लायक ਵੀ ਨਹੀਂ ਰਹੇ ਕਿ ਪੰਜਾਬ ਦੇ ਲੋਕਾਂ ਨਾਲ ਖੜ ਕੇ ਗੱਲ ਕਰ ਲੈਣ ਕਿਉਂਕਿ ਬਥੇਰੇ ਇਹ ਜੇ ਵਲੰਟੀਅਰ ਸੀ ਜਿਨ੍ਹਾਂ ਨੇ ਆਪਣੀ ਜ਼ਮੀਨ ਵੇਚੀ ਜਿਨ੍ਹਾਂ ਨੇ ਆਪਣੇ ਘਰ ਵਿੱਚ ਪਾਰਟੀ ਨਾਲ ਕੰਟਰੀਬਿਊਟ ਕੀਤਾ ਹੁਣ ਉਹਨਾਂ ਲੋਕਾਂ ਨਾਲ ਅੱਖਾਂ ਨਾਲ ਲੱਖ ਮਿਲਾ ਕੇ ਗੱਲ ਨਹੀਂ ਕਰ ਸਕਦੇ ਹੁਣ ਇਹ ਕੋਈ ਬਹਾਨਾ ਲੱਭ ਰਹੇ ਆ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਤੇ ਸਾਰਾ ਠਿੱਕਰਾ ਫੋੜ ਦਿੱਤਾ ਜਾਵੇ ਜਦੋਂ ਕੇਂਦਰੀ ਲੀਡਰਸ਼ਿਪ ਗੱਲ ਕਰਦੀ ਸੀ ਤਾਂ ਪੰਜਾਬ ਦੀ ਲੀਡਰਸ਼ਿਪ ਤਾਂ ਇਹ ਸੀ ਇੰਨਾ ਕੋਲ ਇੰਨਾ ਕਿ ਇਹਨਾਂ ਦੇ ਮਤਲਬ ਸਪਾਈਨਲ ਕਾਰਡ ਹੋਣੀ ਚਾਹੀਦੀ ਸੀ ਜੇ ਕੋਈ ਗਲਤ ਗੱਲ ਕਰ ਰਿਹਾ ਹੈ ਤੇ ਰੋਕ ਦੇ ਉਹਨਾਂ ਨੂੰ ਉਸ ਚੀਜ਼ ਸੇ ਆਬਜੈਕਟ ਕਰ ਦੇ ਬਿਨੈਕ ਜੀ ਕਿਤਨੇ ਕਿਤੇ ਐਮਸੀਡੀ ਦੇ ਜਿਹੜੇ ਨਤੀਜੇ ਆਏ ਨੇ ਹੈਰਾਨੀਜਨਕ ਨਤੀਜੇ ਉੱਥੇ ਵੀ ਆਪਦੀ ਜਿਹੜੀ ਹੈਗੀ ਆ ਦਾ ਕਾਫੀ ਥੱਲੇ ਗਿਆ ਹੈ ਗ੍ਰਾਫ ਉਹ ਵੀ ਕਾਰਨ ਹੋ ਸਕਦਾ ਹੌਸਲੇ ਉਹਦੇ ਨਾਲ ਵੀ ਡਾਊਨ ਹੋਏ ਹੋਣਗੇ ਦੇਖੋ ਮੈਨੂੰ ਇਹ ਦੇਖੋ ਜੀ ਮੈਂ ਦਿੱਲੀਸ਼ ਕਾਫੀ ਟਾਈਮ ਰਿਹਾ ਜੀ अरविंद केजरीवाल दी सरकार बनन तो पहला भी ते अरविंद केजरीवाल दी सरकार बनन तो बाद भी इना दा ए है देखो शीला दीक्षित दा 16 ਕਰੋੜ ਦਾ ਬਜਟ ਸੀ ਜੀ ਇਨਾ ਦਾ 526 ਕਰੋੜ ਦਾ ਹੁਣ ਇਹ ਪੈਸਾ ਕਿੱਥੋਂ ਹੁਣ ਐਮਸੀਡੀ ਵੀ ਔਰ ਦਿੱਲੀ ਸਰਕਾਰ ਦੇ ਜੋ ਟੋਟਲ ਕਨਸੋਲੀਡੇਟਡ ਫੰਡ ਹੈ ਉਹਦੇ ਚੋਂ ਹੀ ਆਉਣਾ ਇਹ ਕੰਮ ਥੋੜਾ ਕਰਦੇ ਸੀ ਪ੍ਰਚਾਰ ਬਾਲਾ ਕਰਦੇ ਸੀ ਜਿਹੜੇ ਲੋਕ ਉੱਥੇ ਬੈਠੇ ਆ ਉਹਨਾਂ ਨੂੰ ਤਾਂ ਪਤਾ ਵੀ ਕਿੰਨਾ ਨੇ ਕੀ ਕੰਮ ਕੀਤਾ ਹੁਣ ਬੀਜੇਪੀ ਨੇ ਨੋ ਭਾਜਪੀ ਨੇ ਇਹਨਾਂ ਦੀ ਨਬਸ ਫੜ ਲਈ ਕਿ ਇਹ ਰੋਲਾ ਬਹੁਤ ਪਾਉਂਦੇ ਆ ਉਹਨਾਂ ਨੇ ਇਹਨਾਂ ਦੇ 2-4 ਪੁਆਇੰਟ ਫੜ ਲਏ ਤੇ ਔਰ ਉਹਨਾਂ ਦਾ ਜਿਹੜਾ ਪ੍ਰੋਪਗੈਂਡਾ ਚੈਨਲ ਹੈ ਉਹ ਤਾਂ ਮਾਹਰ ਨੇ ਆਪ ਤਾਂ ਹਲੇ 2 ਸਾਲ ਪਹਿਲਾਂ ਆਈ ਹੈ ਉਹ ਤਾਂ ਬਹੁਤ ਪੁਰਾਣੀ ਨੇ ਸੋ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਤਰੀਕੇ ਨਾਲ ਹੀ ਹਰਾਇਆ ਉਹਨਾਂ ਨੇ ਮੁੱਦਿਆਂ ਤੇ ਗੱਲ ਹੋਣ ਹੀ ਨਹੀਂ ਦਿੱਤੀ ਜਿਵੇਂ ਪੰਜਾਬ ਵਿੱਚ ਆਪ ਨੇ ਹਉ ਨਹੀਂ ਸੀ ਦਿੱਤੀ ਦਿੱਲੀ ਵਿੱਚ ਵੀ ਉਹਨਾਂ ਨੇ ਮੁੱਦੇ ਤੇ ਗੱਲ ਘੱਟ ਕੀਤੀ ਏ ਥੋੜੀ ਬਹੁਤ ਕੋਸ਼ਿਸ਼ ਕੀਤੀ ਕਰੇ ਮੋਦੀ ਸਾਹਿਬ ਨੂੰ ਗੱਲਾਂ ਕੱਢ ਲੀਆਂ ਕਰੇ ਸ਼ਿਲਾ ਦੇਸ਼ ਨੂੰ ਗੱਲਾਂ ਕੱਢ ਲੀਆਂ ਜੋ ਬੇਸਿਕ ਬੁਨਿਆਦੀ ਮੁੱਦੇ ਸੀ ਉਹਨਾਂ ਤੇ ਆਪ ਤੇ ਆਪਨੇ ਗੱਲ ਨਹੀਂ ਕੀਤੀ ਔਰ ਲੋਕਾਂ ਨੇ ਉਹੀ ਦੇਖਿਆ ਹੁਣ ਇਹਨਾਂ ਸਾਰਿਆਂ ਪਰ ਲਾਗੇ ਵੀ ਚਲੋ ਗੋਆ ਵੀ ਹਾਰ ਗਏ ਪੰਜਾਬ ਵੀ ਹਾਰ ਗਏ ਹੁਣ ਸੰਜੇ ਦੁਰਗੇਸ਼ ਤੇ ਵੀ ਐਕਸ਼ਨ ਹੋ ਗਿਆ ਇਹ ਹੁਣ ਸਹੀ ਟਾਈਮ ਹੈ ਹੁਣ ਇਹਨਾਂ ਨੂੰ ਨੱਪ ਲੋ ਇਹ ਜਿਹੜੇ ਸਿਆਸੀ ਲੀਡਰ ਨੇ ਹੁਣ ਜੋ ਜੋ ਵੀ ਕੋਈ ਬੋਲ ਰਿਹਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹ ਸਾਰੇ ਸਭ ਤੋਂ ਵੱਡੇ ਆਪਰਚੂਨਿਸਟਿਕ ਨੇ ਲੋਕ ਸਭ ਦੇਖ ਰਹੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਕੇਜਰੀਵਾਲ ਨੇ ਮੂਵਮੈਂਟ ਸ਼ੁਰੂ ਕੀਤੀ ਸੀ ਔਰ ਇਹ ਨਾਲ ਕਿਰਨ 베ਦਦੀ ਸੀ ਅੰਨਾ ਹਜ਼ਾਰੇ ਸੀ ਕੁਮਾਰ ਵਿਸ਼ਵਾਸ ਸੀ ਹੋਰ ਵੀ ਕਈ ਬੰਦੇ ਸੀ ਉਹਨਾਂ ਨੇ ਪਿਛਲੇ 4 ਸਾਲਾਂ ਚ ਉਹਨਾਂ ਦਾ ਕੀ ਕਿਰਦਾਰ ਰਿਹਾ ਉਦੋਂ ਜਦੋਂ ਵੀ ਕਿਸੇ ਨੇ ਕੋਈ ਸਟੈਂਡ ਲਿਆ ਤਾਂ ਜਿਹੜੇ ਬਾਕੀ ਬਚਦੇ ਸੀ ਉਹਨਾਂ ਦਾ ਕੀ ਸਟੈਂਡ ਹੁੰਦਾ ਸੀ ਸੋ ਜੇ ਅਸੀਂ ਇਸ ਚੀਜ਼ ਨੂੰ ਪੂਰੇ ਪਰਿਪੇਖ ਵਿੱਚ ਸਾਨੂੰ ਵੇਖਣਾ ਚਾਹੀਦਾ ਹੈ ਪਿਛਲੇ 50 ਸਾਲਾਂ ਤੋਂ 6 ਸਾਲਾਂ ਤੋਂ ਇਨਫੈਕਟ 2011 ਨਾਲ ਸਟਾਰਟ ਹੋਈ ਸੀ ਹੁਣ 2017 ਆ ਗਿਆ ਇਹ ਕਲਮੀਨੇਟ ਕਰ ਗਏ ਸੀ 2015 ਚ ਹੁਣ ਇਹ ਜ਼ਰੂਰ ਹੈ ਕਿ ਹਾਂਜੀ ਆਮ ਆਦਮੀ ਪਾਰਟੀ ਸਾਰੇ ਪਾਸਿਓਂ ਹਾਰੀ ਹੋਈ ਹੈ ਸਾਨੂੰ ਲੱਗਦਾ ਵੀ ਅਰਵਿੰਦ ਕੇਜਰੀਵਾਲ ਤੇ ਉਹਦੀ ਜਿਹੜੀ ਕੌਟਰੀ ਹੈ ਉਹ ਘਿਰੀ ਹੋਈ ਹੈ ਤੇ ਇਹ ਬੰਦੇ ਇਸ ਚੀਜ਼ ਦਾ ਲਾਹਾ ਲੈ ਰਹੇ ਹੈ ਅਸਰ ਕੀ ਦੇਖਣ ਨੂੰ ਮਿਲ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਜਾਬ ਦੇ ਵਿੱਚੋਂ ਜਦੋਂ ਇੱਕ ਬੜਾ ਹੀ ਇਨਕਲਾਬ ਚੱਲਿਆ ਸੀਗਾ ਪੰਜਾਬ ਦੇ ਵਿੱਚ ਐਵੇਂ ਲੱਗਦਾ ਸੀ ਵੀ ਹਾਂ ਆਮ ਆਦਮੀ ਪਾਰਟੀ ਜ਼ਰੂਰ ਆਏਗੀ ਦੇਖੋ ਸਾਨੂੰ ਨਾ ਇੱਕ ਚੀਜ਼ਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਇਹ ਹੈ ਕਿ ਪੰਜਾਬ ਵਿੱਚ ਵੱਡੀਆਂ ਰੈਲੀਆਂ ਜਿਹੜੀਆਂ ਸਿਰਫ ਮਾਲਵੇ ਵਿੱਚ ਹੁੰਦੀਆਂ ਮੱਝੇ ਵਿੱਚ ਦੁਆਬੇ ਵਿੱਚ ਨਹੀਂ ਹੁੰਦੀਆਂ ਔਰ ਮਾਲਵੇ ਦੇ ਉਹਨਾਂ ਇਲਾਕਿਆਂ ਵਿੱਚ ਹੁੰਦੀਆਂ ਜਿੱਥੇ ਪਿੰਡ ਬਹੁਤ ਵੱਡੇ-ਵੱਡੇ ਨੇ ਪੰਜਾਬ ਬਠਿੰਡਾ ਜ਼ਿਲ੍ਹਾ ਹੋ ਗਿਆ ਮੁਕਸਰ ਹੋ ਗਿਆ ਫਰੀਦਕੋਟ ਜ਼ਿਲ੍ਹਾ ਹੋ ਗਿਆ ਉੱਥੇ ਇਹੋ ਜਿਹੇ ਪਿੰਡ ਵੀ ਨੇ ਜਿਨ੍ਹਾਂ ਨੇ ਪੋਪੂਲੇਸ਼ਨ 10000 ਹੈ 20000 ਹੈ ਠੀਕ ਹੈ ਉੱਥੇ ਲੋਕਾਂ 'ਚ ਏਕਾ ਹੈ ਰੋਜ਼ਗਾਰ ਦੀ ਕਮੀ ਹੋਣ ਕਰਕੇ ਕੰਪਲੀਟਲੀ ਜਿਹੜੀ ਡਿਪੈਂਡੈਂਸ ਹੈ ਉਹ ਐਗਰੀਕਲਚਰ ਤੇ ਹੈ ਜੇ ਕਿਤੇ ਉਹ ਰੈਲੀ ਹੁੰਦੀ ਹੈ ਲੋਕ ਆਪ ਮੁਹਾਰੇ ਪਹੁੰਚ ਜਾਂਦੇ ਆ ਜੇ ਲੋਕ ਕੀ ਤੋਂ ਤੇ ਗੱਲਾਂ ਸੁਣਨ ਆਉਂਦੇ ਨੇ ਲੋਕਾਂ ਨੇ ਮਨਪ੍ਰੀਤ ਬਦਲ ਦੀਆਂ ਗੱਲਾਂ ਵੀ ਸੁਣੀਆਂ ਸੀ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਵੀ ਸੁਣੀਆਂ ਉਹਦੇ ਕੋਲ ਪ੍ਰਚਾਰ ਦੇ ਸਾਧਨ ਘੱਟ ਸੀ ਇਹਨਾਂ ਕੋਲ ਵੱਧ ਸੀ ਇਸ ਕਰਕੇ ਉਹਨੂੰ ਸਿਰਫ 5% ਦੀ ਵੋਟ ਪਈ ਇਹ 20% ਦੀ ਲੈ ਗਏ ਇੰਨਾ ਕੀ ਫਰਕ ਹੈ ਪੰਜਾਬ ਵਿੱਚ ਤੀਜਾ ਧੜਾ ਨਹੀਂ ਖੜਾ ਹੋ ਸਕਦਾ ਜੇ ਹੱਲੇ ਵੀ ਕਿਸੇ ਨੂੰ ਵਹਿਮ ਹੈ ਤਾਂ ਦੁਬਾਰਾ ਫੇਰ ਅਜ਼ਮਾਕੇ ਵੇਖ ਲਵੇ ਇਹਨਾਂ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਪਿਛਲੇ 15 20 ਸਾਲਾਂ ਬਿਕੋਜ਼ ਸਿਮਰਜੀਤ ਮਾਨ ਨੂੰ ਵੀ ਕਿਸੇ ਟਾਈਮ ਤੇ ਬਹੁਤ ਵੋਟਾਂ ਪਈਆਂ ਸਨ ਉਹ ਦੁਬਾਰਾ ਉਹਨਾਂ ਦੇ ਅੱਜ ਉਹੇ ਜਿਹੇ ਕਈ ਪਾਰਟੀਆਂ ਨੇ ਕਈ ਹੀਰੋ ਨੇ ਕਈ ਸਿਆਸੀ ਹੀਰੋ ਨੇ ਜਿਵੇਂ ਜਗਮੀਤ ਬਰਾੜ ਸੀ ਉਹ ਵੀ ਕਿਸੇ ਵੇਲੇ ਹੀਰੋ ਸੀਗੇ ਹੁਣ ਉਹਨਾਂ ਲੋਕਾਂ ਦੀ ਪੁੱਛ ਉਨੀ ਨਹੀਂ ਹੈ ਜਿੰਨੀ ਪਹਿਲਾਂ ਸੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸਿਆਸੀ ਸਮਝ ਜਿਹੜੀ ਆ ਉਹ ਕਾਫੀ ਆ ਬਥੇਰੀਆ ਸਟੇਟਸ ਨਾਲੋਂ ਬਹੁਤ ਜ਼ਿਆਦਾ ਸੋ ਪੰਜਾਬ ਵਿੱਚ ਹਾਂ ਪੰਜਾਬ ਸੈਂਟਰਲ ਫਰੰਟ ਖੜਾ ਹੋਣਾ ਜ਼ਰੂਰ ਚਾਹੀਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬਟ ਜੇ ਅਸੀਂ ਕਹੀਏ ਕਿ ਰੈਲੀਆਂ ਉਹਦੇ ਲਈ ਬਹੁਤ ਮਿਹਨਤ ਚਾਹੀਦੀ ਹੈ ਸਿਰਫ ਰੈਲੀਆਂ ਦੇ ਸਿੱਤੇ ਫਰੰਟ ਨਹੀਂ ਖੜਾ ਹੋਣਾ 8-10 ਸਾਲ ਦਾ ਟਾਈਮ ਲਾਉਣਾ ਪੈਣਾ ਬਿਨਾ ਇਹ ਸੋਚੇ ਕਿ ਅਸੀਂ ਅਗਲੀ ਇਲੈਕਸ਼ਨ ਜਿੱਤਣੀ ਹੈ ਜੇ ਅਗਲੀ ਇਲੈਕਸ਼ਨ ਨਹੀਂ ਦਿਮਾਗ 'ਚ ਜਿਵੇਂ ਆਮ ਆਦਮੀ ਪਾਰਟੀ ਦੇ ਦਿਮਾਗ 'ਚ ਸੀ ਵੀ ਅਸੀਂ ਅਗਲੀ ਇਲੈਕਸ਼ਨ ਜਿੱਤਣੀ ਹੈ ਫਰੰਟ ਫਰੰਟ ਦੇਖੀ ਜਾਊਗਾ ਆਰਗੇਨਾਈਜੇਸ਼ਨ ਸਟਰਕਚਰ ਦੇਖੀ ਜਾਊਗਾ ਇਹਨਾਂ ਨੇ ਬਣਾਇਆ ਨਹੀਂ ਤੁਹਾਡਾ ਅੰਦਾਜ਼ਾ ਕੀ ਹੈ ਕਿ ਹੁਣ ਆਪ ਦੀ ਜੜੇ ਹੈਗੇ ਉਹ ਪੰਜਾਬ ਦੇ ਵਿੱਚੋਂ ਪਤਨ ਹੋ ਸਕਦਾ ਹੈ ਜਾਂ ਫਿਰ ਇਹ ਅੱਗੇ ਚੱਲਣ ਚੱਲਣ ਦੀ ਕੋਸ਼ਿਸ਼ ਕਰਨਗੇ ਜੇ ਹੁਣ ਜੋ ਮੌਜੂਦਾ ਆਮ ਆਦਮੀ ਪਾਰਟੀ ਹੈ ਇਹ ਤਾਂ ਰਹੇਗੀ ਨਹੀਂ ਇਹ ਚੀਜ਼ ਤਾਂ ਤੁਸੀਂ ਮੰਨ ਲਵੋ ਕਿ ਇਹ ਇਹ ਚੀਜ਼ ਨਹੀਂ ਰਹੇਗੀ ਹੁਣ ਆਪ ਦੋ ਫਾੜ ਹੁੰਦੀ ਐ ਆਪ ਚ ਤਿੰਨ ਫਾੜ ਹੁੰਦੇ ਐ ਕੋ ਲੋਕ ਕਾਂਗਰਸ ਜੁਆਇਨ ਕਰਦੇ ਐ ਨਹੀਂ ਕਰਦੇ ਉਹ ਵੇਖਣ ਵਾਲਾ ਰਹੇਗਾ ਬਟ ਇੰਨਾ ਜ਼ਰੂਰ ਐ ਕਿ 2019 ਤੋਂ ਪਹਿਲਾਂ ਪਹਿਲਾਂ ਆਪ ਦਾ ਇਹ ਰੂਪ ਸਾਨੂੰ ਵੇਖਣ ਨੂੰ ਨਹੀਂ ਮਿਲੇਗਾ ਹੁਣ ਜੇ ਕਿਸੇ ਨੇ ਕਾਂਗਰਸ ਵੀ ਜੁਆਇਨ ਕਰਨੀ ਹੈ ਤਾਂ ਉਹਨਾਂ ਨੂੰ ਦੋ ਤਿਹਾਈ ਵਿਧਾਇਕ ਚਾਹੀਦੇ ਨੇ ਹੁਣ ਦੋ ਤਿੰਨ ਇੰਨਾ ਚ ਵੀ ਜਿਹੜੇ ਐਮ ਐਲ ਏ ਜਿੱਤੇ ਹੋਏ ਆ ਉਹ ਆਪਣ ਆਪਣਾ ਜ਼ੋਰ ਲਾ ਰਹੇ ਆ ਵੀ ਜਿਹੜੇ 12 ਜਾਣੇ ਮੇਰੇ ਨਾਲ ਇਕੱਠੇ ਹੋ ਜਾਣ ਹੁਣ ਕਿਹਦੇ ਨਾਲ 12 ਜਾਣੇ ਇਕੱਠੇ ਹੁੰਦੇ ਆ ਔਰ ਪਲੱਸ ਪਾਰਲੀਮੈਂਟ ਵਿੱਚ ਜਿਹੜੇ ਤਿੰਨ ਚਾਰਾਂ ਚੋਂ ਜਿਹੜੇ ਤਿੰਨ ਐਮ ਪੀ ਨੇ ਉਹਨਾਂ ਨੂੰ ਇੱਕ ਪਾਸੇ ਆਣਾ ਪਏਗਾ ਡਾਕਟਰ ਗਾਂਧੀ ਪਹਿਲਾਂ ਹੀ ਮੌਤਲ ਕਰ ਦਿੱਤੇ ਜਾ ਚੁੱਕੇ ਨੇ ਖਾਲਸਾ ਜੀ ਵੀ ਆਮ ਆਦਮੀ ਪਾਰਟੀ ਤੋਂ ਬਾਹਰ ਨੇ ਉਹ ਦੋ ਜਾਣੇ ਚਲੋ ਠੀਕ ਹੈ ਬਟ ਕੀ ਉਹ ਦੋ ਜਾਣੇ ਆਪ ਜਾ ਭਗਵੰਤ ਮਾਨ ਜੇ ਹੁਣ ਪਾਰਟੀ ਛੱਡ ਰਹੇ ਤਾਂ ਕੀ ਸਾਧੂ ਸਿੰਘ ਨੂੰ ਨਾਲ ਲੈ ਸਕਣਗੇ ਕਿਉਂਕਿ ਜੇ ਇਹਨਾਂ ਨੇ ਲੋਕ ਸਭਾ ਸਪੀਕਰ ਨੂੰ ਤਿੰਨ ਐਮਪੀਜ਼ ਨੇ ਰਲ ਕੇ ਇਹ ਚਿੱਠੀ ਦੇਤੀ ਕਿ ਹੁਣ ਅਸੀਂ ਪਾਰਟੀ ਦੇ ਨਾਲ ਨਹੀਂ ਉਹਨਾਂ ਨੇ ਚਿੱਠੀ ਐਕਸੈਪਟ ਕਰਨ ਨੂੰ 2 ਮਿੰਟ ਨਹੀਂ ਲਾਉਣੇ ਉਹ ਤਾਂ ਚਾਹੁੰਦੇ ਆ ਵੀ ਇਹ ਪਾਰਟੀ ਖਿੰਡੇ ਹੁਣ ਇਹਨਾਂ ਦੀ ਸਿਆਣਪ ਹੈ ਕਿ ਇਹ ਆਪਣੇ ਨਿੱਜੀ ਮਫਾਦ ਉੱਪਰ ਰੱਖਦੇ ਆ ਕਿ ਪੰਜਾਬ ਨੂੰ ਉੱਪਰ ਰੱਖਦੇ ਆ ਕਿਸ ਸਿਆਣਪ ਨਾਲ ਚੱਲਦੇ ਆ ਕਿ ਜਿਵੇਂ ਪਹਿਲਾਂ ਹੁਣ ਚੱਲਦੇ ਆ ਇਹ ਦੋ 2.5 ਸਾਲਾਂ ਤੋਂ ਉਵੇਂ ਚੱਲਣਗੇ ਇਹਨਾਂ ਤੇ ਡਿਪੈਂਡ ਕਰਦਾ ਬਟ ਇਹਨਾਂ ਜ਼ਰੂਰ ਹੈ ਕਿ ਇਹ ਆਮ ਆਦਮੀ ਪਾਰਟੀ ਅਗਲੇ 2.5 ਸਾਲਾਂ ਵਿੱਚ ਨਹੀਂ ਰਹੇਗੀ ਚਲੋ ਬਹੁਤ ਸ਼ੁਕਰੀਆ ਵਿਨੈਕ ਜੀ ਐਸਨ ਵਿਨੈਕ ਜੀ ਔਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਭਗਵੰਤ ਮਾਨ ਜਿਹੜੇ ਜਲਦ ਹੀ ਪਾਰਟੀ ਤੋਂ ਅਸਤੀਫਾ ਦੇ ਸਕਦੇ ਨੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਇਹ ਤੇ ਉਹਨਾਂ ਦੀ ਬਿਆਨਬਾਜ਼ੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਜਾਂ ਕੁਝ ਦਿਨਾਂ ਦੇ ਵਿੱਚ ਜੋ ਵੀ ਰਿਜ਼ਲਟ ਸੱਟੇ ਨਿਕਲਦੇ ਨੇ ਉਸ ਤੋਂ ਪਤਾ ਲੱਗ ਸਕੇਗਾ ਪਰ ਇੱਥੇ ਇਹ ਜ਼ਰੂਰ ਕਹਿਣਾ ਹੋਏਗਾ ਕਿਉਂਕਿ ਜੋ ਆਮ ਆਦਮੀ ਪਾਰਟੀ ਦੇ ਹਾਲਾਤ ਅੱਜ ਬਣ ਚੁੱਕੇ ਨੇ ਉਹਦੇ ਨਾਲ ਜਿੰਨੇ ਵੀ ਜਿਹੜੇ ਐਮਐਲਏਜ਼ ਹੈਗੇ ਨੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਦੀ ਕਿਸਮਤ ਵੀ ਨਾਲ ਕਿਤੇ ਨਾ ਕਿਤੇ ਦਾਅ ਤੇ ਲੱਗੀ ਹੋਈ ਹੈ ਆਸਪੋਕਸਮੈਨ ਟੀਵੀ ਤੁਹਾਨੂੰ ਖਬਰਾਂ ਜੜੀਆਂ ਹੈਗੀਆਂ ਲਗਾਤਾਰ ਵਿਖਾਉਂਦਾ ਰਹੇਗਾ ਇਸ ਖਬਰ ਸਾਹਮਣੇ ਵੀ ਹੁੰਦੀ ਹੈ ਆਪਾਂ ਕਿਸੇ ਆਮ ਆਦਮੀ ਪਾਰਟੀ ਦੇ ਨੇਤਾ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਜਗਦੀਪ ਸਿੰਘ ਜੀ ਨੂੰ ਇਜਾਜ਼ਤ ਤੁਸੀਂ ਵੇਖਦੇ ਹੋ ਸਪੋਕਸਮੈਨ ਟੀਵੀ